AKS ਮੀਡੀਆ ਤੋਂ ਤੁਹਾਡਾ ਸਵਾਗਤ ਹੈ। ਅੱਜ ਫਿਰ ਬਲਾਚੌਰ ਵਿੱਚ ਸ਼ਰੇਆਮ ਗੁੰਡਾ ਰਾਜ ਦੇਖਣ ਨੂੰ ਮਿਲਿਆ। ਲਾਈਵ ਨਿਊਜ਼ ਚੈਨਲ ਦੇ MD ਮੋਹਿਤ ਕੁਮਾਰ ਤੇ 17/2/2020 ਨੂੰ ਜਾਨਲੇਵਾ ਹਮਲਾ ਹੋਇਆ। ਇਸ ਹਮਲੇ ਨਾਲ MD ਮੋਹਿਤ ਕੁਮਾਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ। ਇਸ ਘਟਨਾ ਦੀ ਫੁਟੇਜ CCTV ਕੈਮਰੇ ਵਿੱਚ ਰਿਕਾਰਡ ਹੈ ਤੇ ਥਾਣਾ ਬਲਾਚੌਰ ਵਿੱਚ ਹੈ। ਹਮਲਾਵਰ ਜੋ ਕਿ ਵਾਸੀ ਬਲਾਚੌਰ ਦਾ ਰਹਿਣ ਵਾਲਾ ਹੈ, ਉਸ ਨੂੰ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ ਹੈ ਤੇ ਕਾਰਵਾਈ ਕਰਨ ਦਾ ਵਿਸ਼ਵਾਸ ਦਿੱਤਾ ਹੈ। ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਕਿ ਇਸ ਖੁੱਲ੍ਹੇਆਮ ਹੋ ਰਹੀ ਗੁੰਡਾਗਰਦੀ ਰੋਕਿਆ ਜਾਵੇ ਤੇ ਇਸ ਹਮਲਾਵਰ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਪ੍ਰੈਸ ਰਿਪੋਰਟਰ ਜੋਤੀ ਦੇ ਨਾਲ ਕੈਮਰਾਮੈਨ ਮਹਿੰਦਰਪਾਲ ਰਾਹੋਂ ਤੋਂ ਰਿਪੋਰਟ।